ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਜਲੰਧਰ ਪੱਛਮੀ ਦੀ ਚੋਣ ਹੁੰਦੀ ਹੈ, ਚੋਣ ਦੇ ਨਤੀਜੇ ਆਉਂਦੇ ਨੇ ਅਤੇ ਖਬਰ ਚੱਲਦੀ ਹੈ ਕਿ ਇੰਨੀ ਲੀਡ ਨਾਲ ਜੀ ਆਮ ਆਦਮੀ ਪਾਰਟੀ ਜਿੱਤ ਗਈ, ਭਾਜਪਾ ਅਤੇ ਕਾਂਗਰਸ ਹਾਰ ਗਈ, ਅਕਾਲੀ ਦਲ ਬਹੁਤ ਬੁਰੀ ਤਰ੍ਹਾਂ ਪਛੜ ਗਿਆ, ਖਬਰ ਖਤਮ। ਪਰ ਨਹੀਂ, ਆਮ ਆਦਮੀ ਪਾਰਟੀ ਲਈ ਜਿੱਤ ਦੇ ਬਹੁਤ ਮਾਇਨੇ ਨੇ, ਕਾਂਗਰਸ ਅਤੇ ਭਾਜਪਾ ਦੀ ਹਾਰ ਦੇ ਲਈ ਬਹੁਤ ਮਾਇਨੇ ਨੇ, ਅਤੇ ਸਭ ਤੋਂ ਵੱਡਾ ਸਵਾਲ ਅਕਾਲੀ ਦਲ ਦੇ ਮੂਹਰੇ ਆ ਕਿ ਖੇਤਰੀ ਪਾਰਟੀ ਦਾ ਇਹ ਨਕਾਰ। ਆਪਾਂ ਅਕਾਲੀ ਦਲ ਦੀ ਸਥਿਤੀ ਨੂੰ ਲੈ ਕੇ ਚਰਚਾ ਕਰਿਆ ਕਰਾਂਗੇ, ਪਰ ਅੱਜ ਮੈਂ ਇਸ ਹਵਾਲੇ ਤੋਂ ਗੱਲ ਸ਼ੁਰੂ ਕਰ ਰਿਹਾ ਕਿ ਜਲੰਧਰ ਪੱਛਮੀ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੈ ਜਾਂ ਦੂਜੀਆਂ ਪਾਰਟੀਆਂ ਨੇ ਬੁਰੀ ਤਰ੍ਹਾਂ ਹਾਰੀਆਂ। ਜੇ ਆਮ ਆਦਮੀ ਪਾਰਟੀ ਜਿੱਤੀ ਹੈ ਕਿ ਸਰਕਾਰ ਦੇ ਕੰਮਾਂ 'ਤੇ ਮੋਹਰ ਹੈ, ਜਾਂ ਵਿਰੋਧੀ ਪਾਰਟੀਆਂ ਨੇ ਜਿਹੜੇ ਸਵਾਲ ਖੜ੍ਹੇ ਕਰ ਰਹੀਆਂ ਕਿ ਨੇਰ ਸਵੇਰ ਉੱਥੇ ਬਹੁਤ ਕੁਛ ਹੋਇਆ, ਉਹਦੀ ਜਿੱਤ ਹੈ। ਚਲੋ, ਮੁੱਖ ਮੰਤਰੀ ਭਗਵੰਤ ਮਾਨ ਉਹਨੇ ਡੇਰੇ ਲਾਏ ਸੀ, ਉੱਥੇ ਘਰ ਲਿਆ ਸੀ, ਪਰਿਵਾਰ ਨੇ ਪ੍ਰਚਾਰ ਕੀਤਾ ਸੀ, ਕੋਈ ਗਲੀ ਮਹੱਲਾ ਛੱਡਿਆ ਨਹੀਂ ਸੀ, ਕੋਈ ਦਰ ਛੱਡਿਆ ਨਹੀਂ ਸੀ ਜਿੱਥੇ ਮੁੱਖ ਮੰਤਰੀ ਸਾਹਿਬ ਨਾ ਪਹੁੰਚੇ ਹੋਣ। ਪੂਰਾ ਲਗਭਗ ਮਹੀਨਾ ਉੱਥੇ ਲਾਇਆ, ਕਿਰਾਏ 'ਤੇ ਘਰ ਲੈ ਕੇ ਜਚਾਇਆ ਕਿ ਲਓ ਜੀ ਮੈਂ ਤਾਂ ਮੁੱਖ ਮੰਤਰੀ ਦਫ਼ਤਰ ਇੱਥੇ ਖੋਲ੍ਹਤਾ, ਅਤੇ ਕਹਿੰਦੇ ਜੀ ਨਤੀਜੇ ਜਿੱਤ 'ਚ ਬਦਲੇ। ਹੁਣ ਇੱਕ ਤਸਵੀਰ ਉਹ ਹੁੰਦੀ ਹੈ ਨਤੀਜਿਆਂ ਦੀ ਜਿਹੜੀ ਧਰਾਤਲ 'ਤੇ ਨਜ਼ਰ ਆਉਂਦੀ ਹੈ, ਹਕੀਕਤ 'ਚ ਨਜ਼ਰ ਆਉਂਦੀ ਹੈ ਕਿ ਵੀ ਪਾਰਟੀ ਇਸ ਲਈ ਜਿੱਤੀ ਕਿ ਭਗਵੰਤ ਮਾਨ ਜੀ ਨੇ ਪ੍ਰਚਾਰ ਕੀਤਾ, ਪਾਰਟੀ ਇਸ ਲਈ ਜਿੱਤੀ ਕਿ ਉਹਨਾਂ ਦੀ ਸਰਕਾਰ ਸੀ, ਪਾਰਟੀ ਇਸ ਲਈ ਜਿੱਤੀ ਕਿ ਤੰਤਰ ਯੰਤਰ ਨਾਲ ਸੀ। ਇੱਕ ਜਿੱਤ ਦੇ ਕਾਰਨ ਉਹ ਹੁੰਦੇ ਨੇ ਜਿਹੜੇ ਵਿਰੋਧੀਆਂ ਨੇ ਹਥਿਆਰ ਸੁੱਟਤੇ ਜੀ, ਜਾਂ ਪੜਦੇ ਓਹਲਿਓ ਬੈਕਡੋਰ, ਉਹ ਜਿਹੜੀਆਂ ਗੱਡੀ ਫੜੀਆਂ ਹੋਈਆਂ ਸ਼ਰਾਬ ਦੀਆਂ, ਸੂਟਾਂ ਵਾਲੀਆਂ ਪੰਡਾਂ, ਰਾਸ਼ਨ ਵਾਲੇ ਥੈਲੇ, ਇਹ ਸਾਰਾ ਨਤੀਜਿਆਂ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਉਮੀਦਵਾਰਾਂ ਨੂੰ ਤਾਂ ਵਧਾਈ ਮਿਲਣੀ ਸੀ, ਲੋਕਾਂ ਤਾਂ ਪੁਲਿਸ ਤੰਤਰ ਨੂੰ ਵੀ ਵਧਾਈ ਦਿੱਤੀ, ਪੁਲਿਸ ਮੁਖੀਆਂ ਨੂੰ ਵੀ ਵਧਾਈ ਦਿੱਤੀ ਕਿ ਜਨਾਬ ਵਧਾਈਆਂ ਤੁਸੀਂ ਚੋਣ ਜਿੱਤ ਗਏ, ਇਹਦੇ ਮਹੀਨੇ ਨੇ, ਰਾਜਨੀਤਿਕ ਮਹੀਨੇ ਨੇ ਬਹੁਤੇ। ਚਲੋ, ਹੁਣ ਤੁਸੀਂ ਅੰਕੜਿਆਂ ਨੂੰ ਸਮਝੋ ਕਿ ਜਿਹੜੀ ਪਾਰਟੀ ਇੱਕ ਮਹੀਨਾ ਪਹਿਲਾਂ ਤੀਜੇ ਨੰਬਰ 'ਤੇ ਸੀ ਔਰ ਉਹ ਵੀ 15,000 ਵੋਟ ਲੈ ਕੇ, ਉਹ ਅੱਜ ਪਹਿਲੇ ਨੰਬਰ 'ਤੇ ਹੈ 55,000 ਵੋਟ ਲੈ ਕੇ, ਮਤਲਬ ਲਗਭਗ 3.5 ਗੁਣਾ 4 ਗੁਣਾ ਦੇ ਨੇੜੇ ਤੇੜੇ ਜਾ ਕੇ ਵੋਟ ਵੱਧ ਗਈ। ਇਹੋ ਜਿਹਾ ਕੀ ਹੋਇਆ ਇੱਕ ਮਹੀਨੇ 'ਚ ਕਿ 4 ਜੂਨ 2024 ਨੂੰ ਲੋਕ ਸਭਾ ਚੋਣਾਂ ਦੇ ਜਦੋਂ ਨਤੀਜੇ ਆਉਂਦੇ ਆ ਉਹ 'ਚ ਜਲੰਧਰ ਪੱਛਮੀ ਸੀਟ ਤੋਂ ਹੈਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਤੀਜੇ ਨੰਬਰ 'ਤੇ ਰਹਿੰਦੇ ਆ 15,629 ਵੋਟਾਂ ਲੈ ਕੇ ਜਾਂਦਾ, ਅਤੇ ਲਗਭਗ ਮਹੀਨੇ ਬਾਅਦ 13 ਜੁਲਾਈ 2024 ਨੂੰ ਜਦੋਂ ਜ਼ਿਮਨੀ ਚੋਣ ਦੇ ਨਤੀਜੇ ਆਉਂਦੇ ਆ ਤਾਂ ਆਮ ਆਦਮੀ ਪਾਰਟੀ ਦਾ ਉਮੀਦਵਾਰ 55,246 ਵੋਟਾਂ ਲੈ ਕੇ ਜਾਂਦਾ, 15,000 ਵਾਲੀ ਵੋਟ 55,000 'ਚ ਬਦਲ ਗਈ। ਇੱਕ ਮਹੀਨੇ 'ਚ ਅਜਿਹਾ ਕੀ ਕਰਤਾ ਸਰਕਾਰ ਨੇ ਕਿ ਲੋਕਾਂ ਦਾ ਭਰੋਸਾ ਬਣ ਗਿਆ? ਠੀਕ ਹੈ, ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਵੀ ਇਹ ਚੋਣ ਅਸੀਂ ਸੂਬੇ ਦੇ ਵਾਲਿਆਂ ਨਾਲ ਲੜੀ ਹੈ, ਉਹ ਚੋਣ ਕੇਂਦਰ ਦੇ ਵਾਲਿਆਂ ਨਾਲ ਸੀ, ਇਸ ਲਈ ਸਾਡੇ ਨਾਲ। ਅਤੇ ਜਿਹੜਾ ਪੱਖ ਦਿਖਦਾ ਹੁੰਦਾ ਨਤੀਜਿਆਂ 'ਚ, ਉਹ ਪੱਖ ਦੇ ਵਾਲਿਆਂ ਅਗਲੇ ਕਹਿੰਦੇ ਸਾਡਾ ਨਾਰਾ ਕੰਮ ਕਰ ਗਿਆ ਜੀ ਕਿ ਆਪ ਦੀ ਸਰਕਾਰ, ਆਪ ਦਾ MLA, ਕਹਿੰਦੇ ਅਸੀਂ ਜਲੰਧਰ 'ਚ ਨਾਰਾ ਚਲਾਇਆ ਇਸ ਲਈ ਅਸੀਂ ਜਿੱਤ ਗਏ, ਸਾਡਾ ਇਹ ਨਾਰਾ ਕਾਮਯਾਬ ਹੋ ਗਿਆ। ਉਹ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੇ ਡੇਰੇ ਲਾਏ ਸੀ ਇਸ ਲਈ, ਮਹਿੰਦਰ ਭਗਤ ਨੂੰ ਤਜਰਬਾ ਸੀ, ਉਹਨਾਂ ਦੇ ਪਿਤਾ 3 ਵਾਰ ਇੱਥੋਂ ਜਿੱਤੇ ਹੋਏ ਨੇ, 2 ਵਾਰ ਮਹਿੰਦਰ ਭਗਤ ਨੇ ਚੋਣ ਲੜੀ ਆ, ਹਾਰੇ ਹੋਏ ਨੇ ਮਤਲਬ BJP ਪਹਿਲਾਂ ਚੋਣ ਲੜ ਕੇ, ਪਰ ਤਜਰਬਾ ਇੰਨਾ ਸੀ, ਗਲੀ ਮਹੱਲਿਆਂ ਦਾ ਪਤਾ ਸੀ, ਇਸ ਲਈ ਕਹਿੰਦੇ ਭਾਜਪਾ ਵਾਲਾ ਵੀ ਕੁਝ ਵੋਟ ਆਇਆ ਹੋਊਗਾ ਭਾਈ। ਕਹਿੰਦੇ ਜੀ ਰਵਿਦਾਸ ਜੀ ਭਾਈਚਾਰਾ ਖੁੱਲ੍ਹ ਕੇ ਨਾਲ ਚੱਲ ਪਿਆ, ਦੂਜੇ ਨਹੀਂ, ਮਤਲਬ ਕਿ ਦੂਜਿਆਂ ਨਾਲ ਨਹੀਂ ਤੁਰਿਆ ਉਹ ਭਾਈਚਾਰਾ, ਇਹ ਵੀ ਪਹਿਲੂ ਹੈ। ਅਤੇ ਮੁੱਖ ਮੰਤਰੀ ਸਾਹਿਬ ਦਾ ਉੱਥੇ ਬੈਠਣਾ ਕਹਿੰਦੇ ਸਹੀ ਹੋਇਆ,
ਅਗਲਿਆਂ ਨੇ ਚੋਣ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਦਾਂ ਲੜੀ ਜਿਵੇਂ ਉਹਨਾਂ ਦੀ ਚੋਣ ਹੋਵੇ। ਸੋ ਇਹ ਸਾਰੇ ਪਹਿਲੂ ਕਹਿੰਦੇ ਜਿਤਾਉਣ 'ਚ ਕਾਮਯਾਬ ਹੋਏ। ਦੂਸਰੇ ਪਾਸੇ ਵਿਰੋਧੀ ਧਿਰਾਂ ਕਹਿੰਦੀਆਂ ਜੀ ਸਾਡੇ ਵਰਕਰਾਂ ਨੂੰ, ਸਾਡੇ ਮੁਹੱਲੇ ਵਾਲਿਆਂ ਦੇ ਸਥਾਨਕ ਐਮ ਸੀ ਪੱਧਰ ਦੇ ਲੀਡਰਾਂ ਨੂੰ 24-24 25-25 ਲੱਖ 'ਚ ਖਰੀਦਿਆ ਜੀ ਕਹਿੰਦੇ। ਆਮ ਆਦਮੀ ਪਾਰਟੀ ਕਹਿੰਦੀ ਹੁਣ ਹਾਰ ਕੇ ਸਾਡੇ 'ਤੇ ਦੋਸ਼ ਲਾਉਂਦੇ ਆ। ਹੁਣ ਦੂਜਾ ਇਹ ਜਿਹੜਾ ਲੁਕਮਾ ਏਜੰਡਾ ਹੁੰਦਾ ਇਹ ਉਹਦੇ ਹਵਾਲੇ ਨਾਲ ਦੇ ਦੋਸ਼ ਨੇ। ਕਹਿੰਦੇ ਜੀ ਸਰਕਾਰੀ ਤੰਤਰ ਦੀ ਵਰਤੋਂ, ਮਸ਼ੀਨਰੀ ਦੀ ਵਰਤੋਂ, ਭਾਈ ਜਿਹਦੀ ਸਰਕਾਰ ਹੁੰਦੀ ਆ ਉਹ ਕਰਦੀ ਆ ਜੀ। ਇਸ ਲਈ ਹੁਣ ਬੇਸ਼ੱਕ ਆਮ ਆਦਮੀ ਪਾਰਟੀ ਕਹਿ ਕੇ ਬਦਲਾ ਆਈ ਸੀ ਹੈ, ਪਰ ਬਾਕੀ ਪਾਰਟੀਆਂ ਵਰਗੀ ਹੋ ਗਈ ਹੁਣ, ਉਵੇਂ ਦੇ ਢੰਗ ਨੇ, ਉਵੇਂ ਦੇ ਤਰੀਕੇ ਨੇ। ਇਸ ਲਈ ਜੋ ਅਕਾਲੀ ਕਰਦੇ ਸੀ, ਜੋ ਕਾਂਗਰਸੀ ਕਰਦੇ ਸੀ, ਉਹ ਹੁਣ ਉਹ ਕਰਨ ਲੱਗੇ। ਸੋ ਤਾਕਤ ਦੀ ਵਰਤੋਂ ਕੀਤੀ ਹੋਣੀ ਬਾਈ, ਅਗਲੇ ਦੀ ਸਰਕਾਰ ਆ ਅਤੇ ਦਿਖਿਆ ਤਾਂ ਹੀ 15-40 ਵੋਟ 55 'ਚ ਬਦਲੀ। ਉਹ ਇੱਕ ਗੱਡੀ ਸੂਟ ਦੀ, ਸ਼ਰਾਬ ਦੀ, ਜੇ ਵੋ ਪਾ ਲੇ ਰੋਲ, ਪਰ ਅਗਲੇ ਚੋਣ ਜਿੱਤ ਗਏ ਬਾਈ। ਹੁਣ ਅੰਕੜੇ ਕਹਿੰਦੇ ਨੇ ਕਿ 93,922 ਵੋਟਾਂ ਪੋਲ ਹੋਈਆਂ, ਜਿਹਚੋਂ ਮਹਿੰਦਰ ਭਗਤ ਆਮ ਆਦਮੀ ਪਾਰਟੀ ਦਾ 55,246 ਵੋਟਾਂ ਲੈ ਗਿਆ। ਭਾਜਪਾ ਦਾ ਦੂਜੇ ਨੰਬਰ 'ਤੇ ਸ਼ਿਦਰੂ ਗਰਾਲਾ, ਪਰ ਵੋਟ ਸਿਰਫ 17,000 ਹੈ, 17,921। ਤੀਜੇ ਨੰਬਰ 'ਤੇ ਕਾਂਗਰਸ ਸੁਰਿੰਦਰ ਕੌਰ ਆਈ, 16,757 ਵੋਟ ਆ। ਅਕਾਲੀ ਦਲ 1,242, ਬਸਪਾ 734, 15,000 ਤੋਂ 39,000 ਵੋਟ ਵੱਧ ਕੇ 55,000 ਹੋ ਗਈ 4 ਜੂਨ ਤੋਂ 13 ਜੁਲਾਈ ਤੱਕ। ਭਾਜਪਾ ਦੀ 42,000 ਵਾਲੀ ਵੋਟ ਘੱਟ ਕੇ 17,000 ਰਹਿ ਗਈ, 24,000 ਵੋਟ ਉੱਡ ਗਈ। ਕਾਂਗਰਸ ਦੀ 44,000 ਵਾਲੀ ਘੱਟ ਕੇ 16,000 ਰਹਿ ਗਈ, 28,000 ਵੋਟ ਉੱਡ ਗਈ ਇੱਕ ਮਹੀਨੇ 'ਚ। ਕਰੋ ਫਿਰ ਹਿਸਾਬ ਕਿਤਾਬ। ਜੇ ਅਗਲਿਆਂ ਨੇ ਜ਼ੋਰ ਲਾਇਆ, ਅਗਲੇ ਨੇ ਸਰਕਾਰ ਵੀ ਵਰਤੀ, ਪਾਵਰ ਵੀ ਵਰਤੀ, ਪਰ ਤੁਹਾਡਾ ਇੱਕ ਨਜ਼ਰ ਨਹੀਂ ਆਇਆ, ਕਾਂਗਰਸ ਇੱਕਜੁੱਟ ਨਹੀਂ ਨਜ਼ਰ ਆਈ। ਜਿਸ ਦਿਨ ਦਾ ਸੁਸ਼ੀਲ ਰਿੰਕੂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਗਿਆ ਅਤੇ ਉਹ ਤੋਂ ਭਾਜਪਾ 'ਚ ਗਿਆ, ਕਾਂਗਰਸ ਨੂੰ ਅਜੇ ਤੱਕ ਉੱਥੇ ਕੋਈ ਇੰਚਾਰਜ ਨਹੀਂ ਲੱਭਿਆ, ਕੋਈ ਚਿਹਰਾ ਨਹੀਂ ਲੱਭਿਆ। ਲੋਕ ਸਭਾ ਚੋਣ ਲੜੀ ਕਾਂਗਰਸ ਨੇ, ਚੰਨੀ ਨੇ ਆਪਣੇ ਦਮ 'ਤੇ ਲੜੀ, ਪਾਰਟੀ ਨੇ ਲੜਾਈ, ਪਾਰਟੀ ਲੜੀ, ਪਰ ਜ਼ਿਮਨੀ ਚੋਣ 'ਚ ਪਾਰਟੀ ਨਜ਼ਰ ਨਹੀਂ ਆਈ। ਹਾਂ, ਰਾਜਾ ਬੜਿੰਗ ਵੀ ਚੜ੍ਹੇ ਹੋਏ ਸੀ ਰੋਡ ਸ਼ੋਅ 'ਚ, ਹੈਂ ਪ੍ਰਤਾਪ ਬਾਜਵਾ ਵੀ ਆਏ, ਚੰਨੀ ਵੀ ਉੱਥੇ ਸੀ, ਚੰਨੀ ਦਾ ਮੋਰਚਾ ਵੀ ਸਾਂਭਿਆ ਸੀ, ਪਰ ਤਿੰਨਾਂ ਦਾ ਆਪਸੀ ਕੋਈ ਤਾਲਮੇਲ ਨਹੀਂ ਸੀ। ਅਤੇ ਅਕਾਲੀ ਦਲ ਦਾ ਕਾਟੋ ਕੋਲੇ ਸਾਰਿਆਂ ਨੂੰ ਪਤਾ ਸੀ। ਭਾਜਪਾ ਨੇ ਤਾਂ ਸੀਟ ਸ਼ੀਤਲ ਉਂਗਰਾਲ ਅਤੇ ਸੁਸ਼ੀਲ ਦੇ ਹਵਾਲੇ ਨਾਲ ਛੱਡਤੀ ਕਿ ਆਪੇ ਕਰੀ ਜਾਓ ਤੁਸੀਂ ਭਾਈ। ਸੁਸ਼ੀਲ ਰਿੰਕੂ ਦੇਖੇ ਅਤੇ ਸ਼ੀਤਲ ਉਂਗਰਾਲ ਦੇਖੇ, ਹੋਰ ਕਿਹੜਾ ਕਾਇਆ, ਕੋਈ ਜ਼ਿਆਦਾ ਹੋਵੇ ਤਾਂ ਦੱਸ ਦਿਓ ਭਾਈ ਕੁਝ। ਅਗਲੇ ਦਿਨ ਗੱਲੇ ਨਹੀਂ ਬਣੀ। ਆਮ ਆਦਮੀ ਪਾਰਟੀ ਨੇ ਚੋਣ ਲੜੀ, ਭਗਵੰਤ ਨੇ ਤਪੱਸਿਆ ਕੀਤੀ, ਭਗਵੰਤ ਦੀ ਭਗਤੀ 'ਚੋਂ ਭਗਤ ਜੀ ਜਿੱਤ ਗਏ, ਸੀਟ ਲੈ ਗਏ ਅਗਲੇ ਕੱਢ ਕੇ। ਅਗਲੇ ਕੰਟਰੈਕਟਰ ਨੇ ਕਿਹਾ ਕਰਨੇ ਜੀ ਸਾਡੇ। ਦੂਸਰੇ ਪਾਸੇ ਵਿਰੋਧੀ ਕਹੀ ਜਾਣ ਕਿ ਕਾਂਗਰਸ ਦੀ ਨਲਾਇਕਪਣਾ, ਭਾਜਪਾ ਦਾ ਨਲਾਇਕਪਣਾ ਹੈ, ਐਂ ਜਾਂ ਜੀ ਉਹਨਾਂ ਨੇ ਫੰਡ ਵਰਤਿਆ, ਦਾਰੂ ਵਰਤੀ, ਸਿੱਕਾ ਵਰਤਿਆ। ਅਗਲੇ ਕਹਿੰਦੇ ਚੋਣ ਜਿੱਤੀ ਹੈ। ਹਾਂ, ਜਿਹੜੀ ਇਹ ਚੋਣ ਜਿੱਤੀ ਹੈ, ਇਹਦੇ ਵਿੱਚੋਂ ਹੁਣ ਮਹਿੰਦਰ ਭਗਤ ਹੋਰਾਂ ਨੂੰ ਕਹਿੰਦੇ ਕੈਬਨਿਟ ਮਿਲਣ ਜਾ ਰਹੀ ਹੈ, ਕੈਬਨਿਟ ਦੇ ਮੰਤਰੀ ਦਾ ਉਹਦਾ ਮਿਲਣ ਜਾ ਰਿਹਾ। ਵੈਸੇ ਬਾਕੀ ਕੈਬਨਿਟ ਮੰਤਰੀਆਂ 'ਚ ਵੀ ਫਿਰ ਬਦਲ ਦੀ ਚਰਚਾ, ਜਿਨ੍ਹਾਂ ਦਾ ਲੋਕ ਸਭਾ 'ਚ ਵਧੀਆ ਨਤੀਜਾ ਨਹੀਂ ਰਿਹਾ ਉਹਨਾਂ 'ਚ ਵੀ ਕਈਆਂ ਦੀ ਛੁੱਟੀ ਹੈ, ਕਈ ਕੁਰਸੀ ਬਚਾਉਣ ਨੂੰ ਫਿਰਦੇ ਨੇ, ਕਈ ਨਵੀਂ ਹਥਿਆਉਣ ਨੂੰ ਫਿਰਦੇ ਨੇ।